ਸੀਗਾ ਦੋਸਤੋ, ਕੀ ਹਾਲ ਚਾਲ ਆ? ਹੋਰ ਸਭ ਵਧੀਆ? ਸਭ ਠੀਕ ਠਾਕ? ਆਪਾਂ ਵੀ ਵਧੀਆ, ਸਭ ਵਧੀਆ, ਫਸਟ ਕਲਾਸ। ਅਤੇ ਸੋ ਦੋਸਤੋ, ਮੈਂ ਨਾ ਅੱਜ ਇੱਕ ਵੀਡੀਓ ਦੇਖੀ ਸੀ, ਫੇਸਬੁੱਕ ਚਲਾ ਰਿਹਾ, ਵੀਡੀਓ ਦੇਖ ਰਿਹਾ ਸੀਗਾ। ਉੱਥੇ ਵੀਡੀਓ ਆਈ ਕਿ ਕਾਬਲ ਦੇ ਵਿੱਚ ਜਿਹੜੀ ਅੱਜ ਗੋਲਾਬਾਰੀ ਹੋਈ ਆ, ਉਹਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਕਾਫੀ ਨੁਕਸਾਨ ਹੋਇਆ। ਮਹਾਰਾਜ ਸਰੂਪ ਦੇ ਬਚਾਇਆ ਵਿੱਚ ਜਿਹੜੀਆਂ ਪੋਥੀਆਂ, ਗੁਟਕਾ ਸਾਹਿਬ ਅਤੇ ਹੋਰ ਵੀ ਕਈ ਰੁਮਾਲੇ ਜਿਹੜੇ ਆ ਮਹਾਰਾਜ ਅੱਗ ਭੇਟ ਹੋ ਗਏ ਨੇ, ਅਤੇ ਕਾਫੀ ਜਿਹੜਾ ਗੁਰਦੁਆਰੇ ਦਾ ਕਾਫੀ ਨੁਕਸਾਨ ਹੋਇਆ। ਅਤੇ ਉਹਨਾਂ ਦਾ ਹਾਲ ਹੁਲ ਦੇਖਿਆ ਜੀ, ਮੈਂ ਵੀਡੀਓ ਵੇਖੀ, ਬਹੁਤ ਜ਼ਿਆਦਾ ਮਨ ਨੂੰ ਦੁੱਖ ਲੱਗਾ। ਬਹੁਤ ਹੀ ਮੰਦਭਾਗੀ ਜਿਹੜੀ ਘਟਨਾ ਜਿਹੜੀ ਵਾਪਰੀ ਆ, ਘਾਤਵਾਦੀ ਜਿਹੜੇ ਉੱਥੇ ਆ ਕੇ, ਉੱਥੋਂ ਦਾ ਇੱਕ ਸਿੰਘ ਜਿਹੜਾ ਗ੍ਰੰਥੀ ਸਾਹਿਬ ਸੀ, ਉਹ ਵੀ ਜਿਹੜਾ ਮਤਲਬ ਸ਼ਹੀਦ ਹੋ ਗਿਆ। ਅਤੇ ਉੱਥੇ ਲੋਕ ਵਿਚਾਰੇ ਕਾਫੀ ਸਹਿਮੇ ਹੋਏ ਨੇ, ਕਾਬੁਲ ਦੇ ਤਾਲਿਬਾਨ ਦੇ ਵਿੱਚ ਜਿਹੜੇ ਉੱਥੋਂ ਦੇ ਅੱਤਵਾਦੀ ਆ ਗਿਆ, ਤਾਲਿਬਾਨ ਦਾ ਜਿਹੜਾ ਕਾਬੁਲ ਦੇ ਵਿੱਚ ਸੀਗਾ, ਉਹ ਮਤਲਬ ਗੁਰਦੁਆਰੇ ਦਾ ਜਿਹੜਾ ਕਾਫੀ ਨੁਕਸਾਨ ਜਿਹੜਾ ਕੀਤਾ ਗਿਆ ਆ। ਅਤੇ ਮਹਾਰਾਜ ਦੇ ਸਰੂਪ ਦੇ ਚਲੋ ਛਾਲੇ ਗਏ ਨੇ, ਬਹੁਤ ਵਧੀਆ ਗੱਲ ਆ ਕਿ ਸਿੰਘ ਸਾਹਿਬ ਲੈ ਕੇ ਜਾ ਰਹੇ ਸੀਗੇ। ਅੱਜ ਜਿਹੜੀ ਵੀਡੀਓ ਦੇਖੀ ਆ, ਪਰ ਗੁਰਦੁਆਰੇ ਦੀ ਜਿਹੜੀ ਇਮਾਰਤ ਹੈਗੀ ਆ, ਉਹਦਾ ਜਿਹੜਾ ਕਾਫੀ ਨੁਕਸਾਨ ਜਿਹੜਾ ਆ ਉਹ ਹੋਇਆ। ਅਤੇ ਇਸ ਗੱਲ ਦਾ ਜਿਹੜਾ ਬਹੁਤ ਜ਼ਿਆਦਾ ਦੁੱਖ, ਜਿਹੜਾ ਬਹੁਤ ਜ਼ਿਆਦਾ ਰੋਸ ਜਿਹੜਾ ਆ ਉਹ ਵੇਖਣ 'ਚ ਮਿਲਿਆ ਉੱਥੋਂ ਦੇ ਲੋਕਾਂ ਦੇ ਵਿੱਚ। ਚਲੋ ਠੀਕ ਆ, ਮਤਲਬ ਹੁੰਦੀ ਰਹਿੰਦੀ ਜ਼ਿਆਦਾ ਗੱਲਬਾਤ, ਪਰ ਧਾਰਮਿਕ ਸਥਾਨਾਂ 'ਤੇ ਜਿਹੜਾ ਇਹੋ ਜਿਹਾ ਜਿਹੜਾ ਕੰਮ ਜਿਹੜਾ ਨਹੀਂ ਕਰਨਾ ਚਾਹੀਦਾ, ਕਿਉਂਕਿ ਧਾਰਮਿਕ ਸਥਾਨ ਸਾਰਿਆਂ ਦੇ, ਰੱਬ ਦੇ ਜਿਹੜੇ ਘਰ ਨੇ ਉਹ ਸਾਰਿਆਂ ਦੇ ਸਾਂਝੇ ਨੇ, ਅਤੇ ਹਰ ਇੱਕ ਨੂੰ ਹੈ ਨਾ। ਅਤੇ ਸੋ ਦੋਸਤੋ, ਬਹੁਤ ਜ਼ਿਆਦਾ ਦੁੱਖ ਲੱਗਾ। ਆਹੋ ਮੈਂ ਇੱਕ ਜਿਹੜੀ ਛੋਟੀ ਜਿਹੜੀ ਜਿਹੜੀ ਮੈਂ ਪਾਣੀ ਸੀ, ਅਤੇ ਉਹ ਕਾਫੀ ਮਤਲਬ ਸੁਸਾਈਡ ਮਨ ਜਿਹੜਾ ਕਾਫੀ ਦੁਖੀ ਹੈ ਕਿ ਯਾਰ ਦੇਖੋ ਅਜੇ ਵੀ ਜਿਹੜੇ ਮਤਲਬ ਹੋਏ ਜਿਹੜੇ ਮਤਲਬ ਧਾਰਮਿਕ ਸਥਾਨਾਂ ਦੇ ਜਿਹੜਾ ਆ ਉਹ ਹੋ ਰਿਹਾ ਕੰਮ, ਦੇ ਕੈਸੀ ਮਤਲਬ ਧਾਰਮਿਕ ਨੂੰ ਜਿਹੜੀ ਆ ਉਹ ਠੇਸ ਪਹੁੰਚਾਈ ਜਾ ਰਹੀ ਹੈ, ਹੈ ਨਾ। ਅਤੇ ਸੋ ਦੋਸਤੋ, ਬਹੁਤ ਜਿਹੜਾ ਮਾੜੀ ਗੱਲ ਹੋਈ ਆ। ਅਤੇ ਬਸ ਇਹੋ ਜਿਹਾ ਮਤਲਬ ਇਸ ਤਰ੍ਹਾਂ ਦੇ ਕੰਮ ਜਿਹੜੇ ਨਾ ਕਰੀਏ ਕਰੀਏ, ਜਿਹੜਾ ਮਤਲਬ ਕਿਸੇ ਦੇ ਅਸੀਂ ਮਤਲਬ ਧਾਰਮਿਕ ਨੂੰ ਜਾਂ ਆਪਣੇ ਧਾਰਮਿਕ ਨੂੰ ਜਿਹੜਾ ਠੀਕ ਪਹੁੰਚਾਈ ਜਾਵੇ। ਅਤੇ ਬਸ ਇਹੋ ਹੀ ਜਿਹੜਾ ਸੰਦੇਸ਼ ਜਿਹੜਾ ਦੇਣਾ ਚਾਹੁੰਦਾ ਸੀਗਾ ਮੈਂ। ਅਤੇ ਦੋਸਤੋ ਚਲੋ, ਮਤਲਬ ਕਾਫੀ ਜਿਹੜਾ ਨੁਕਸਾਨ ਹੋਇਆ, ਪਰਮਾਤਮਾ ਜਿਹੜੇ ਉੱਥੋਂ ਦੇ ਸਿੰਘ ਜਿਹੜੇ ਹੈਗੇ ਨੇ, ਜਿਹੜੇ ਉੱਥੋਂ ਦੇ ਰਿਹਾਇਸ਼ੀ ਜਿਹੜੇ ਹੈਗੇ ਨੇ, ਉਹਨਾਂ ਨੂੰ ਪਰਮਾਤਮਾ ਉਹਨਾਂ ਦੀ ਜਿਹੜਾ ਉਹਨਾਂ ਦੇ ਅੰਗ ਸੰਗ ਸਹਾਈ ਲੈਣ, ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਬਖਸ਼ੇ ਪਰਮਾਤਮਾ। ਵਾਹਿਗੁਰੂ ਉਹਨਾਂ ਦੇ ਕਿਰਪਾ ਬਣਾ ਕੇ ਰੱਖੇ, ਜਿਹੜਾ ਉਹਨਾਂ ਦੇ ਜਿਹੜਾ ਮਤਲਬ ਭਾਈ ਜਿਹੜਾ ਆ ਉਹਨਾਂ ਦੇ ਵਿੱਚ ਕੋਈ ਫੇਕ ਨਾ ਪੈਣ, ਅਤੇ ਉਹਨਾਂ ਨੂੰ ਆਪਦੇ ਵਿੱਚ ਮਤਲਬ ਲਾ ਕੇ ਰੱਖੇ। ਉਹ ਵੀ ਹੈ ਵੀ ਇੰਡੀਆ ਤੋਂ ਕਾਫੀ ਦੂਰ ਆ ਵੀ ਚਲੋ ਠੀਕ ਆ, ਪਰ ਉੱਥੇ ਦੇ ਵੀ ਜਿਹੜੇ ਲੋਕ ਜਿਹੜੇ ਨੇ ਕਾਫੀ ਸਾਫ ਸੁਥਰੇ ਨੇ, ਬਹੁਤ ਵਧੀਆ ਉਹਨਾਂ ਦੇ ਵਿੱਚ ਦੇਖਿਆ ਸੀਗਾ। ਅਤੇ ਇੱਕ ਦਿਲ ਦੇ ਵਿੱਚ ਦੇਖਦੇ ਇਹ ਵੀ ਮਤਲਬ ਹੁਣ ਤੱਕ ਚਲੋ ਠੀਕ ਆ, ਉੱਥੇ ਜਿਹੜੇ ਲੋਕ ਜਿਹੜੇ ਨੇ ਬਹੁਤ ਸਾਫ ਸੁਥਰੇ ਨੇ, ਪਰਮਾਤਮਾ ਕਿਸ ਤਰ੍ਹਾਂ ਮੰਨਦੇ ਨੇ, ਹੈ ਨਾ। ਅਤੇ ਸੋ ਉਹਦਾ ਦੁੱਖ ਇਸ ਗੱਲ ਦਾ ਜਿਹੜਾ ਧਾਰਮਿਕ ਸਥਾਨ 'ਤੇ ਜਿਹੜੀ ਅੱਜ ਜਿਹੜਾ ਮਤਲਬ ਅੱਜ ਜਿਹੜਾ ਭਾਣਾ ਵਰਤਿਆ ਉਹ ਜਿਹੜਾ ਕਾਫੀ ਜਿਹੜਾ ਆ ਦੁਖਦਾਈ ਸੀਗਾ। ਅਤੇ ਉਹ ਤੁਹਾਨੂੰ ਪਤਾ ਹੀ ਆ ਕਿ ਇਹ ਆਪਣੀਆਂ ਗੱਲਾਂ ਜਿਹੜੀਆਂ ਸ਼ੇਅਰ ਜਿਹੜੀਆਂ ਨਹੀਂ ਹੋ ਸਕਦੀਆਂ, ਅਤੇ ਮਨ ਦੇ ਵਿੱਚ ਬਹੁਤ ਦੁੱਖ ਹੈ। ਅਤੇ ਸੋ ਦੋਸਤੋ, ਆਈ ਆ ਦੁੱਖ ਜਿਹੜਾ ਮਤਲਬ ਪ੍ਰਗਟ ਕਰਦੇ ਹਾਂ। ਅਤੇ ਪਰਮਾਤਮਾ ਉਹਨਾਂ ਨੂੰ ਆਪਣੇ ਜਿਹੜਾ ਸ਼ਹੀਦ ਸਿੰਘ ਸ਼ਹੀਦ ਹੋਇਆ, ਆਪਣੇ ਜਿਹੜਾ ਗ੍ਰੰਥੀ ਸਾਹਿਬ ਜਿਹੜੇ ਸ਼ਹੀਦ ਹੋਏ ਨੇ, ਉਹਨਾਂ ਨੂੰ ਜਿਹੜਾ ਪਰਮਾਤਮਾ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਬਖਸ਼ੇ। ਅਤੇ ਸੋ ਦੋਸਤੋ, ਅਸੀਂ ਇੰਨੀ ਵੀਡੀਓ ਤੁਹਾਡੇ ਸਾਹਮਣੇ ਸ਼ੇਅਰ ਕਰਾਂਗਾ ਮੈਂ, ਜਿਹੜਾ ਮੈਨੂੰ ਦਿਓ ਜੀ ਹੁਣ ਇਜਾਜ਼ਤ। ਸਤਿ ਸ਼੍ਰੀ ਅਕਾਲ।